ਮੈਂ ਸਮਝਦਾ ਕਿ ਜਿਹੜੀ ਪ੍ਰੋਬਲਮ ਨੂੰ ਤੁਸੀਂ ਡਿਸਕਸ ਕਰ ਰਹੇ ਹੋ ਜਿੱਥੇ ਗਿਰਾਵਟ ਆ ਰਹੀ ਹੈ ਉਹਦਾ ਇੱਕ ਰੀਜ਼ਨ ਹੋਰ ਵੀ ਹੈ। ਉਹਦਾ ਰੀਜ਼ਨ ਇਹ ਹੈ ਕਿ ਅਸੀਂ ਅੱਜ ਆਪਣੇ ਬਜ਼ੁਰਗਾਂ ਨੂੰ ਬਰਦਾਸ਼ਤ ਕਰਨਾ ਬੰਦ ਕਰਤਾ। ਅੱਜ ਅਸੀਂ ਨਿਊਕਲੀਅਰ ਫੈਮਿਲੀ ਹੋ ਗਏ ਹਾਂ। ਅੱਜ ਬੇਟਾ ਵੀ ਮਾਂ ਪਿਓ ਨੂੰ ਨਹੀਂ ਪੁੱਛਦਾ ਘਰ 'ਚ, ਜੇ ਨੂੰਹ ਆ ਜਾਂਦੀ ਉਹ ਵੀ ਨਹੀਂ ਪੁੱਛਦੀ, ਸਾਡੀ ਧੀ ਵੀ ਕਿਸੇ ਦੇ ਘਰ ਜਾਂਦੀ ਉਹਦਾ ਵੀ ਇਹ ਰੋਲ ਹੁੰਦਾ ਅਤੇ ਉਹਦੇ ਹਸਬੈਂਡ ਦਾ ਵੀ ਇਹ ਰੋਲ ਹੁੰਦਾ। ਮੈਂ ਹਮੇਸ਼ਾ ਕਹਿੰਦਾ ਇਹ ਵੈਲਿਊਜ਼ ਜਿਹੜੀਆਂ ਨੇ ਕਿੱਥੋਂ ਇਨਕੁਲਕੇਟ ਹੁੰਦੀਆਂ ਸੀ ਕਿ ਜਦੋਂ ਦਾਦਾ ਦਾਦੀ ਨਾਨਾ ਨਾਨੀ ਜਿਹੜੇ ਸੀ ਉਂਗਲ ਫੜ ਕੇ ਗੁਰਦੁਆਰੇ ਲੈ ਕੇ ਜਾਂਦੇ ਸੀ, ਰਾਜ ਪਾਠ ਕਰਦੇ ਜਾਂਦੇ ਸੀਗੇ। ਅੱਜ ਮਜਬੂਰੀ ਹੈ ਸਾਡੀ ਕਿ ਦੋਵੇਂ ਹਸਬੈਂਡ ਵਾਈਫ ਕੰਮ ਕਰਦੇ ਹੋਣਗੇ ਅਤੇ ਘਰ ਚੱਲੇ, ਇਸ ਗੱਲ ਨੂੰ ਅਸੀਂ ਪ੍ਰੈਕਟੀਕਲ ਸਮਝ ਕੇ ਚੱਲੀਏ। ਲੇਕਿਨ ਜਿਹੜੇ ਅਸੀਂ ਬਜ਼ੁਰਗਾਂ ਨੂੰ ਬਾਹਰ ਕਰਨਾ ਸ਼ੁਰੂ ਕਰ ਦਿੱਤਾ, ਅੱਜ ਬੱਚੇ ਮੈਨੂੰ ਕੱਲ੍ਹ ਪਰਸੋਂ ਆਇਆ ਸੀਗਾ ਕਿ ਜਦੋਂ ਉਹ ਕਹਿੰਦੇ ਨੇ ਕਿ ਘਰ 'ਚ ਇੱਕ ਇੱਕ ਟੈਲੀਫੋਨ ਹੁੰਦਾ ਸੀ ਤਾਂ ਸਾਰਾ ਟੱਬਰ ਇਕੱਠਾ ਸੀ, ਸਾਰਿਆਂ ਕੋਲ ਫੋਨ ਹੈ ਤਾਂ ਸਾਰਾ ਟੱਬਰ ਹੀ ਅਲੱਗ ਅਲੱਗ ਹੋ ਗਿਆ ਇਹਦੇ ਬੱਚਿਆਂ ਦੇ। ਮੈਂ ਸਮਝਦਾ ਟੈਕਨੋਲੋਜੀ ਸਿਕਿੰਡੀ ਇਹ ਜਿਹੜੇ ਅਸੀਂ ਸਾਡਾ ਇੱਕ ਓਲਡ ਏਜ ਹੋਮ ਹੈ ਛੋਟਾ ਜਿਹਾ, ਮੇਰੇ ਕੋਲ ਕੱਲ੍ਹ ਕੇਸ ਆਇਆ ਕਿ ਤਿੰਨ ਪੁੱਤਰ ਨੇ ਉਹਦੇ ਮਾਂ ਦੇ ਅਤੇ ਉਹ ਰੱਖਣ ਨੂੰ ਤਿਆਰ ਨਹੀਂ ਹੈਗੇ। ਫਿਰ ਉਹ ਪੁੱਤਰਾਂ ਨੇ ਕਿਸੇ ਦੇ ਮਹੀਨੇ ਵੱਡੇ ਹੋਏ ਨੇ ਕਿ ਇੰਨੇ ਚਿਰ ਤੋਂ ਇੰਨੇ ਚਿਰ ਤੂੰ ਰੱਖੇਂਗਾ ਇੰਨੇ। ਟ੍ਰਾਈ ਟੂ ਅੰਡਰਸਟੈਂਡ, ਅਸੀਂ ਜਿਹੜੇ ਬਜ਼ੁਰਗਾਂ ਨੂੰ ਘਰੋਂ ਬਾਹਰ ਕੱਢਦੇ ਪਏ ਹਾਂ ਨਾ, ਉਹ ਅਸੀਂ ਆਪਣਾ ਸੌਕ ਤੇ ਦੇਖ ਰਹੇ ਹਾਂ, ਲੇਕਿਨ ਤੁਹਾਡੀ ਜਿਹੜੀ ਅਗਲੀ ਜਨਰੇਸ਼ਨ ਆ ਰਹੀ ਨਾ ਉਹ ਕਿਤੇ ਨਾ ਕਿਤੇ ਲਾਈਨ ਤੋਂ ਪਰੇ ਹਟਦੀ ਜਾ ਰਹੀ ਹੈ। ਇਹ ਜਿਹੜੀ ਪ੍ਰੋਬਲਮ ਤੁਸੀਂ ਡਿਸਕਸ ਕਰ ਰਹੇ ਹੋ ਇਹ ਸਾਰੀ ਉਹਦੀ ਪੈਦਾਸ਼ ਦਾ ਕਾਰਨ ਵੀ ਬਣ ਰਿਹਾ, ਵਨ ਆਫ ਦ ਬਿਗੇਸਟ ਰੀਜ਼ਨ। ਮੈਂ ਸਮਝਦਾ ਕਿ ਗੁਰੂ ਸਾਹਿਬਾਨ ਨੇ ਹਰੇਕ ਪ੍ਰੋਬਲਮ ਜਿਹੜੀ ਅੱਜ ਅਸੀਂ ਫੇਸ ਕਰ ਰਹੇ ਹਾਂ ਉਹਦਾ ਹੱਲ ਆਪਣੇ ਸਮਝ ਦਿੱਤਾ ਸੀ। ਅਸੀਂ ਤੁਸੀਂ ਖਾਲੀ ਵਿਮੈਨਸ ਦੀ ਗੱਲ ਕਰਦੇ ਹੋ, ਮੈਂ ਜੇ ਲਾਰਜਰ ਕਾਂਗਰਸ ਦੀ ਗੱਲ ਕਰਾਂ, ਅਸੀਂ ਹਰ ਜਗ੍ਹਾ 'ਤੇ ਡਿਫੀਟ ਹੋਏ। ਅੱਜ ਮੈਂ ਹੁਣ ਤੁਸੀਂ ਕਹੋਗੇ ਮੈਂ ਵੁਮੈਨਸ ਤੋਂ ਕਿਸੇ ਹੋਰ ਪਾਸੇ ਚੱਲਿਆ ਵਾਂ, ਜੇ ਵੁਮੈਨਸ ਨਾਲ ਹੀ ਹੋ ਰਿਹਾ ਤਾਂ ਬਾਕੀਆਂ ਨਾਲ ਵੀ ਹੋ ਰਿਹਾ। ਗੁਰੂ ਨਾਨਕ ਪਾਤਸ਼ਾਹ ਨੇ ਬਾਲਾ ਮਰਦਾਨਾ ਨਾਂ ਰੱਖਿਆ ਸੀ, ਅੱਜ ਅਸੀਂ ਆਪਣੇ 'ਚ ਵੀ ਭਜਾਤੇ ਨੇ। ਕਿਤੇ ਵਿਕਾਸ ਦਾ ਨਾਂ ਨਹੀਂ ਲੈਣਾ ਚਾਹੁੰਦਾ, ਇਹ ਉਹਨਾਂ ਦਾ ਗੁਰਦੁਆਰਾ ਹੈ, ਉਹਨਾਂ ਦਾ ਗੁਰਦੁਆਰਾ ਹੈ, ਉਹਨਾਂ ਦਾ ਗੁਰਦੁਆਰਾ। ਅੱਜ ਗੁਰੂ ਗ੍ਰੰਥ ਸਾਹਿਬ ਦੇਣ ਤੋਂ ਮਨਾ ਕਰਤਾ। ਮੈਂ ਸਮਝਦਾ ਵਾਂ ਕਿ ਇਹ ਚੰਗਾ ਹੋਇਆ ਕਿ ਪ੍ਰਿੰਟਿੰਗ ਪ੍ਰੈਸ ਆਜ਼ਾਦ ਹੋ ਗਈ। ਇੱਥੇ ਤਾਂ ਗੁਰੂ ਗ੍ਰੰਥ ਸਾਹਿਬ ਦੇ ਅਗਰ ਉਤਾਰੇ ਚਾਰ ਪੰਜ ਹੁੰਦੇ ਤਾਂ ਮੇਰਾ ਖਿਆਲ ਸਾਰੀ ਕੌਮ ਹੀ ਬਾਹਰ ਹੋ ਜਾਣੀ ਸੀ। ਮੈਂ ਆਪਣੇ ਮਤਲਬ ਹੁਣ ਸੇਵਾ ਮਿਲੀ 2013 ਤੋਂ, ਉਸ ਤੋਂ ਪਹਿਲੇ ਵੀ 99 'ਚ ਗੱਲ ਕੀਤੀ ਸੀਗੀ ਜਦੋਂ 300 ਸਾਲਾ ਖਾਲਸੇ ਦਾ ਜਨਮ ਦਿਵਸ ਆਇਆ ਸੀ। ਆਈ ਐਮ ਜਸਟ ਗਿਵਿੰਗ ਯੂ ਅ ਪਿਕਚਰ ਕਿ ਹੱਕੀ ਹੋ ਰਿਹਾ। 300 ਸਾਡਾ ਗੁਰੂ ਖਾਲਸੇ ਦੇ ਜਨਮ ਦਿਨ ਦਾ ਆਇਆ ਸੀ, ਉਹ ਵਿਸਾਖੀ ਜਿਹੜੀ ਅਸੀਂ ਮਨਾਈ ਸੀਗੀ 99 'ਚ। ਮੈਂ ਦਿੱਲੀ ਔਰ ਅੰਗਰੇਟਾ ਮਾਰਚ ਪੈਦਲ ਲੈ ਕੇ ਗਿਆ। ਕਾਰਨ ਕੀ ਸੀ? ਕਾਰਨ ਇਹ ਸੀ ਕਿ ਗੁਰੂ ਨੇ ਕਿਹਾ ਰੰਗਰੇਟਾ ਗੁਰੂ ਕਾ ਬੇਟਾ, ਆਪਾਂ ਰੰਗਰੇਟੀ ਭਜਾਤੇ, ਆਪਣੇ ਤੋਂ ਦੂਰ ਅਨਟੈਚੇਬਲ ਕਰ ਦਿੱਤੇ। ਸੈਕਿੰਡਲੀ, ਗੁਰੂ ਗੋਬਿੰਦ ਸਿੰਘ ਜੀ ਨੇ ਅਗਰ ਖਾਲਸੇ ਦੀ ਸਿਰਜਣਾ ਕੀਤੀ ਉਹਦੇ 'ਚ ਰੰਗਰੇਟੇ ਦਾ ਬਹੁਤ ਵੱਡਾ ਰੋਲ ਸੀਗਾ। ਜਿਹੜਾ ਸਵਾਲ ਜਵਾਬ ਹੋਇਆ ਨਾ ਕਿ ਉੱਥੇ ਸਿੱਖ ਸੀਗੇ ਜਦੋਂ ਸ਼ਹਾਦਤ ਹੋਈ, ਇੱਦਾਂ ਦੇ ਕਈ ਐਗਜ਼ਾਮਪਲ ਮੈਂ ਦੇ ਸਕਦਾ, ਪਰ ਟਾਈਮ ਵੀ ਲਵਾਂਗਾ। ਮੈਂ ਸਮਝਦਾ ਕਿ ਇਸ ਤੋਂ ਵੱਡੀ ਤਰਾਸਦੀ ਕੀ ਹੋ ਸਕਦੀ ਹੈ ਕਿ ਬੋਇਸ ਟੂ ਗਰਲ ਦੀ ਰੇਸ਼ੋ ਸਭ ਤੋਂ ਘੱਟ ਸਾਡੇ 'ਚ, ਔਰ ਸਭ ਤੋਂ ਜ਼ਿਆਦਾ ਉਸ ਸਥਾਨ ਦੀ ਸੀਗੀ ਜਿੱਥੇ ਛੋਟੇ ਸਾਹਿਬਜ਼ਾਦੇ ਫਤਿਹਗੜ੍ਹ ਸਾਹਿਬ ਨੀਹਾਂ 'ਚ ਚੁਣੇ ਗਏ। ਰਿਕਾਰਡ ਕੱਢ ਕੇ ਦੇਖੋ, ਸੈਂਸਸ ਦੇ ਰਿਕਾਰਡਸ ਕੱਢ ਕੇ ਦੇਖੋ। ਔਰ ਮੈਂ ਸਟੇਜਾਂ 'ਤੇ ਓਪਨਲੀ ਆਖਿਆ, ਮੈਂ ਕਿਹਾ ਗੁਰੂ ਕਹਿੰਦਾ ਸੀਗਾ ਕਿ ਕੁੜੀ ਮਾਂ ਨੜੀ ਮਾਂ ਨਾਲ ਰਿਸ਼ਤਾ ਨਹੀਂ ਰੱਖਣਾ, ਤਾਂ ਅਸੀਂ ਆਪ ਹੀ ਕੁੜੀ ਮਾਂ ਰਿਕਾਰਡ ਕੱਢ ਕੇ ਦੇਖੋ, ਸੈਂਸਸ ਦੇ ਰਿਕਾਰਡਸ ਕੱਢ ਕੇ ਦੇਖੋ। ਔਰ ਮੈਂ ਸਟੇਜਾਂ 'ਤੇ ਓਪਨਲੀ ਆਖਿਆ, ਮੈਂ ਕਿਹਾ ਗੁਰੂ ਕਹਿੰਦਾ ਸੀਗਾ ਕਿ ਕੁੜੀ ਮਾਂ ਨੜੀ ਮਾਂ ਨਾਲ ਰਿਸ਼ਤਾ ਨਹੀਂ ਰੱਖਣਾ, ਤਾਂ ਅਸੀਂ ਆਪ ਹੀ ਕੁੜੀ ਮਾਂ ਹੋ ਗਏ ਹਾਂ। ਅੱਜ ਉਹਦੇ 'ਚ ਇੰਪਰੂਵਮੈਂਟ ਆ ਗਈ, ਸਾਡਾ ਰੇਟ ਰੇਸ਼ੋ ਵੱਧਦੀ ਪਈ ਹੈ। ਮੈਨੂੰ ਇਹਦੀ ਉਮੀਦ ਹੈ ਕਿ ਵੀ ਆਪਾਂ ਠੀਕ ਪਾਸੇ ਨੂੰ ਤੁਰ ਪਏ ਹਾਂ। ਓਵਰਨਾਈਟ ਤਾਂ ਕੁਛ ਨਹੀਂ ਹੋ ਸਕਦਾ,
ਮੈਂ ਕਈ ਵਾਰ ਸਟੇਜਾਂ ਤੋਂ ਵੀ ਆਖਦਾ ਵਾਂ ਕਿ ਜੇ ਅੱਜ ਗੁਰੂ ਨਾਨਕ ਪਾਤਸ਼ਾਹ ਸਾਨੂੰ ਉੱਤੋਂ ਸਵਾਲ ਕਰ ਲੈਣਾ ਕਿ ਮੇਰਾ ਬਾਲਾ ਮਰਦਾਨਾ ਕਿੱਥੇ, ਤਾਂ ਸਾਡੇ ਕੋਲ ਜਵਾਬ ਕੋਈ ਨਹੀਂ। ਅਸੀਂ ਤਾਂ, ਮੈਂ ਖੁਦ ਗੁਰਦੁਆਰਾ ਕਮੇਟੀ ਦਾ ਪ੍ਰਧਾਨ ਹਾਂ, ਮੈਂ ਕਈ ਚੀਜ਼ਾਂ ਕਰਨੀਆਂ ਵਿਚਾਰਨਾ ਨਹੀਂ ਕਰ ਸਕਦਾ, ਮੈਨੂੰ ਪਤਾ ਕਿ ਮੈਂ ਕਿਸੇ ਦਾਇਰੇ 'ਚ ਬੰਨਿਆ ਹੋਇਆ ਵਾਂ। ਮੈਂ ਸਮਝਦਾ ਇਹ ਜਿਹੜੀ ਰੇਸ਼ੋ 'ਚ ਇੰਪਰੂਵਮੈਂਟ ਹੋਈ ਹੈ ਗਰਲ ਇਸ ਟੂ ਬੋਆਏ ਦੀ, ਇਹ ਮੂਵਮੈਂਟ ਕਰਕੇ ਹੋਈ ਹੈ। ਅਗਰ ਅਸੀਂ ਅਵੇਅਰਨੈਸ ਵੀ ਨਾ ਲਿਆਉਂਦੇ, ਅਸੀਂ ਆਪਣੇ ਆਪ ਨੂੰ ਸ਼ਰਮਸਾਰ ਹੀ ਨਾ ਕਰਦੇ, ਅਤੇ ਕਈ ਵਾਰੀ ਜਦੋਂ ਤੁਸੀਂ ਕੌੜੀਆਂ ਗੱਲਾਂ ਕਰੋ ਨਾ, ਅਤੇ ਫਿਰ ਕਿਤੇ ਨਾ ਕਿਤੇ ਅੰਦਰੋਂ ਜਾਗਦਾ ਕੰਮ, ਅਤੇ ਉਹ ਜਾਗ੍ਰਿਤੀ ਇਹਨਾਂ ਦਿਨ ਮਨਾਉਣ ਕਰਕੇ ਹੈ। Thank you so much as well, and I see the discussion getting warmer now, which is what we want to do, right? ਗੱਲ ਇਹ ਕਿ ਅੱਛੇ ਵਿਚਾਰ ਹਰ ਬੰਦਾ ਹਰ ਭੈਣ ਨੇ ਦਿੱਤੇ ਨੇ। ਮੈਂ ਸਮਝਦਾ ਕਿ ਮੈਂ ਆਪਣੇ ਤਜਰਬੇ ਤੋਂ ਕੋਈ ਗੱਲ ਸ਼ੇਅਰ ਕਰਨ ਲੱਗੀ। ਮੇਰੀ ਉਮਰ 81 ਦੇ ਵਿੱਚ, ਮੈਂ 23 ਸਾਲ ਦਾ ਸੀ ਜਦੋਂ ਮੇਰੇ ਫਾਦਰ ਦੀ ਅਸੈਸੀਨੇਸ਼ਨ ਹੋਈ। ਇਟ ਵਾਜ਼ ਅ ਸ਼ੌਕ ਫੋਰ ਮਾਈ ਫੈਮਿਲੀ, ਬੜਾ ਔਖਾ ਸਮਾਂ ਸੀ। ਇੰਨਾ ਕੰਮ ਉਹਨਾਂ ਨੇ ਕੀਤਾ ਹੋਵੇ, ਗੋਲੀ ਲੱਗ ਜਾਏ। ਵੀ ਆਰ 4 ਬ੍ਰਦਰਸ ਐਂਡ 1 ਸਿਸਟਰ, ਸਭ ਤੋਂ ਛੋਟੀ, ਘਰ ਦੀ ਲਾਡਲੀ ਵੀ ਸੀਗੀ। ਮੇਰੇ ਚਾਚੇ ਦੀ ਡੈਥ ਹੋਈ ਅਤੇ 3 ਬੱਚੇ ਉਹਨਾਂ ਦੇ ਵੀ ਆ ਗਏ, ਉਹ ਵੀ ਮੁੰਡੇ ਸੀ, ਅਤੇ 7 ਭਰਾਵਾਂ ਦੀ ਇੱਕ ਭੈਣ ਸੀ, ਅਤੇ ਉਹਦੀਆਂ ਆਦਤਾਂ ਉਹਦੀਆਂ ਸਹੇਲੀਆਂ ਕਹਿੰਦੇ ਸੀ ਇਹਦੀ ਮੁੰਡਿਆ ਕੀ ਆਦਤ ਹੈ। ਉਹ ਗ੍ਰੇਟਰ ਕਲਾਸ ਅਸੀਂ ਰਹਿੰਦੇ ਹਾਂ, ਗ੍ਰੇਟਰ ਕਲਾਸ ਮਾਰਕੀਟ ਘੁੰਮਣ ਜਾਣਾ ਹੁੰਦਾ, ਅਤੇ ਉਹਦੀ ਫਰੈਂਡਸ ਨੇ ਫੋਨ ਕਰਨਾ ਕਿ ਮੀ ਤੇ ਲੈਟਸ ਗੋ ਟੂ GK ਮਾਰਕੀਟ, ਅਤੇ ਕਹਿੰਦੇ ਅਸੀਂ ਘਰ ਜਾਂਦੇ ਸੀ, ਤਿਆਰ ਨਹੀਂ ਹੁੰਦੀ ਸੀ, ਕਹਿੰਦੇ ਸਾਹਮਣੇ ਨਾ ਪਾਊਂਡਸ ਦੀ ਸ਼ੀਸ਼ੀ ਪਈ ਹੁੰਦੀ ਸੀ ਡਰੈਸਿੰਗ ਟੇਬਲ 'ਤੇ, ਉਹ ਕਰੀਮ ਕੱਢਦੀ ਸੀ, ਇੱਕ ਹੱਥ ਇੱਥੇ ਫੇਰਿਆ, ਇੱਦਾਂ ਵਾਲ ਵਾਰ ਜੂੜਾ ਕੀਤਾ, ਚਲੋ ਵੀ ਤਿਆਰ ਆ, ਕੁੜੀਆਂ ਦੀ ਗੱਲ ਘੱਟ ਲੱਗਦੀ ਸੀ। ਬਟ ਐਜ਼ ਏ ਬ੍ਰਦਰ, ਜਦੋਂ ਫਾਦਰ ਦੀ ਡੈਥ ਹੋਈ, ਉਹਦੀ ਉਮਰ ਸੀਗੀ ਮੇਰੇ ਤੋਂ 9 ਸਾਲ ਛੋਟੀ ਸੀਗੀ, ਅਤੇ ਉਹ ਸਮਝ ਲਓ ਉਸ ਵੇਲੇ 14 ਸਾਲ ਦੀ ਸੀਗੀ। 16 ਸਾਲ 'ਤੇ ਆਉਂਦੇ ਆਉਂਦੇ ਮੈਂ ਦੇਖਿਆ ਕਿ ਉਹ ਬਾਹਰ ਜਾਂਦੀ, ਘੁੰਮਣ ਜਾਂਦੀ। ਵੰਸ ਆਈ ਆਸ ਮੈਂ ਮਦਰ ਕਿ ਬੀਜੀ, ਕਿਉਂਕਿ ਅਸੀਂ 4 ਬ੍ਰਦਰ ਹਾਂ, ਜਥੇਦਾਰ ਜੀ ਹੁੰਦੇ ਤਾਂ ਸ਼ਾਇਦ ਪਤਾ ਨਹੀਂ ਕੀ ਕੁਛ ਹੁੰਦਾ, ਬਟ ਜ਼ਿੰਮੇਵਾਰੀ ਹੈ ਸਾਡੇ 'ਤੇ। ਅਤੇ ਉਹਨਾਂ ਨੇ ਆਖਿਆ, ਬੇਟੇ ਤੁਸੀਂ ਫਿਕਰ ਨਾ ਕਰੋ, ਮੈਂ ਹੈਗੀ। ਆਈ ਜਸਟ ਕੁਐਸਚਨ ਕਿ ਬੀਜੀ ਇਹ ਬਾਹਰ ਜਾਂਦੀ ਹੈ, ਇਹ ਕੀ ਹੈ, ਕਿਹਦੇ ਨਾਲ ਜਾਂਦੀ, ਕੀ ਨਹੀਂ। ਅੱਛਾ, ਦੈਟ ਟ੍ਰੇਨਡ ਮੀ ਬਿਕੋਜ਼ ਆਈ ਹੈਵ 2 ਐਲਡਰ ਡਾਟਰਸ ਐਂਡ ਅ ਸਨ। ਵੈਨ ਮਾਈ ਡਾਟਰਸ ਗਰੂ ਅਪ, ਦੇ ਵਾਂਟਡ ਟੂ ਗੋ ਆਊਟ ਫੋਰ ਪਾਰਟੀ, ਆਈ ਨੈਵਰ ਸਟੌਪ ਦੇਮ, ਐਂਡ ਔਨ ਰਿਕਾਰਡ ਆਈ ਐਮ ਟੈਲਿੰਗ ਦੇਮ, ਰਾਤੀ 2 ਵਜੇ ਵੀ ਆਉਂਦੀਆਂ ਸੀ, ਮੈਂ ਕੁਛ ਨਹੀਂ ਕਹਿੰਦਾ ਸੀ। ਸਿਰਫ 2 ਸ਼ਰਤਾਂ ਹੋਈਆਂ ਨੇ, ਇੱਕ ਤੁਸੀਂ ਕਿੱਥੇ ਜਾ ਰਹੇ ਹੋ ਆਸ਼ਰਮ ਨੂੰ, ਸੈਕਿੰਡਲੀ ਮੇਰੀ ਡਰਾਈਵਰ ਗੱਡੀ ਤੁਹਾਡੇ ਨਾਲ ਜਾਏਗੀ, ਐਂਡ ਆਈ ਨੈਵਰ ਸਟੌਪ ਦੇਮ। ਆਈ ਐਮ ਅ ਲੱਕੀ ਫਾਦਰ ਕਿ ਮੈਂ ਜਿੱਥੇ ਕਿਹਾ ਉਹਨਾਂ ਨੇ ਵਿਆਹ ਕੀਤਾ। ਗੱਲ ਸਮਝਦੇ ਹੋ, ਹੁਣ ਇਹ ਸਭ ਤੋਂ ਜ਼ਿਆਦਾ ਵੱਡੀ ਗੱਲ ਤੁਸੀਂ ਜਿਹੜੀ ਕਹੀ ਹੈ, ਜਿੱਥੇ ਤੂੰ ਹਾਂ ਕਰੇਗੀ, ਇਹ ਵੀ ਗੱਲ ਠੀਕ ਹੈ। ਠੋਕਰ ਖਾ ਚੁੱਕਾ ਹੁੰਦਾ, ਉਹਨੂੰ ਪਤਾ ਸਮਾਜ ਨੂੰ ਕਿਵੇਂ ਪਛਾਣਨਾ। ਹਰੇਕ ਮਾਂ ਪਿਓ ਆਪਣੇ ਬੱਚੇ ਵਾਸਤੇ ਹਮੇਸ਼ਾ ਭਲਾ ਹੀ ਸੋਚਦਾ, ਇਹ ਕਦੀ ਨੀ ਸੋਚਣਾ ਚਾਹੀਦਾ। ਹਾਂ, ਇਹ ਗੱਲ ਜ਼ਰੂਰ ਹੈ, ਮੈਂ ਸਮਝਦਾ ਕਿ ਐਜ਼ ਅ ਫਾਦਰ ਮੇਰੇ ਅੰਦਰ ਵੀ ਡਰ ਸੀਗਾ, ਸੋਚ ਸੀਗੀ, ਮੇਰਾ ਪੋਲੀਟੀਕਲ ਕੈਰੀਅਰ ਵੀ ਸੀਗਾ। ਮੈਨੂੰ ਲੋਕਾਂ ਨੇ ਸੜਕ 'ਤੇ ਪੁੱਛ ਲੈਣਾ ਸੀ ਕਿ ਤੇਰੀ ਧੀਆਂ ਨੇ ਕੀ ਕੀਤਾ। ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੋ, ਮੇਰਾ ਸ਼ਾਇਦ ਸਭ ਤੋਂ ਜ਼ਿਆਦਾ ਫੀਅਰ ਸੀਗਾ, ਕਿਉਂਕਿ ਜਹਾਜ਼ ਜਿੰਨਾ ਵੱਡਾ ਹੋਏਗਾ ਉਨੇ ਉਹਦੇ ਅੰਦਰ ਇਨਬਿਲਟ ਫੀਅਰ ਹੁੰਦੇ ਨੇ। ਪਰ ਮੈਂ ਇੱਕ ਗੱਲ ਤੁਹਾਨੂੰ ਦੱਸ ਦੇਵਾਂ, ਜ਼ਿੰਦਗੀ 'ਚ ਕਦੀ ਬੰਦਿਸ਼ ਜਿਹੜੀ ਹੈ ਉਹ ਡਿਸਿਪਲਿਨ ਨਹੀਂ ਲਿਆ ਸਕਦਾ। ਮੈਂ ਤੁਹਾਨੂੰ ਸ਼ੇਅਰ ਕਰਦਾ, ਡਾਕਟਰ ਜੌਲੀ ਸੀਗੇ, ਹੀ ਇਜ਼ ਨੋ ਮੋਰ, ਆਈ ਥਿੰਕ ਪਟਿਆਲੇ ਤੋਂ ਸੀਗੇ, ਇੰਗਲੈਂਡ ਉਹਨਾਂ ਨੂੰ ਯੂਨੀਵਰਸਿਟੀ ਵੱਲੋਂ ਭੇਜਿਆ ਗਿਆ। ਉਦੋਂ ਡਰੱਗ ਅਬਿਊਜ਼, ਆਈ ਐਮ ਟਾਕਿੰਗ ਆਫ ਗੁੱਡ 25 ਈਅਰਸ ਬੈਕ, ਮੇਰੀ ਉਹਨਾਂ ਨਾਲ ਗੱਲ ਹੋਈ,
ਇੰਗਲੈਂਡ ਦੇ ਵਿੱਚ ਜਿੱਦਾਂ ਹਿੰਦੁਸਤਾਨ ਚ ਨਾ ਕਿ ਅੱਜ ਨਿਤੀਸ਼ ਕੁਮਾਰ ਹੈ ਉਹਨੇ ਸ਼ਰਾਬ ਬੈਨ ਕਰਤੀ ਨਾ ਆਈ ਐਮ ਅ ਟੀ ਟੋਟਲ ਲੇਕਿਨ ਮੈਨੂੰ ਪਤਾ ਜਦੋਂ ਸ਼ਰਾਬ ਬੈਨ ਕਰੋਗੇ ਕਿੱਥੋਂ ਕਿੱਥੋਂ ਸ਼ਰਾਬ ਆਏਗੀ ਕਿਹਦੇ ਕਿਹਦੇ ਧੰਦੇ ਚੱਲਣਗੇ ਕੀ ਕੁਛ ਹੋਏਗਾ ਬੈਨ ਕਰਨਾ ਕੋਈ ਹੱਲ ਨਹੀਂ ਗਾ ਉਹ ਕਹਿੰਦੇ ਇੰਗਲੈਂਡ ਦੇ ਵਿੱਚ ਜਦੋਂ ਹੁਣ ਇਸ ਗੱਲ ਨੂੰ ਤੁਸੀਂ ਇਹ ਆਪਣੇ ਘਰ ਚ ਲਗਾ ਕੇ ਦੇਖੋ ਬੱਚਿਆਂ ਦੇ ਉੱਤੇ ਇਹ ਜ਼ਰੂਰੀ ਨਹੀਂ ਕਿ ਬੱਚਿਆਂ ਨੂੰ ਖੁੱਲ੍ਹ ਦਿਓਗੇ ਤਾਂ ਨਹੀਂ ਵਿਗੜਨਗੀਆਂ ਇਹ ਕਿਸਮਤ ਤੁਹਾਡੀ ਕੋਲ ਵਿਗੜਨਾ ਕਿ ਨਹੀਂ ਵਿਗੜਨਾ ਮੁੰਡਿਆਂ ਨੇ ਵੀ ਇਸੇ ਤਰ੍ਹਾਂ ਹੀ ਵਿਗੜਨਾ ਕਿ ਨਹੀਂ ਵਿਗੜਨਾ ਉਹ ਕਹਿੰਦਾ ਕਿ ਉੱਥੇ ਜਦੋਂ ਉਹਨਾਂ ਨੇ ਡਰੱਗਸ ਦੇ ਉੱਤੇ ਕੰਟਰੋਲ ਕਰਨਾ ਸੀ ਉਹਨਾਂ ਨੇ ਡਰੱਗਸ ਨੂੰ ਬੈਨ ਨਹੀਂ ਕੀਤਾ ਉਹਨਾਂ ਨੇ ਆਈਡੈਂਟੀਫਾਈ ਕੀਤੇ ਕਿ ਡਰੱਗ ਡਿਕਸ ਕੌਣ ਨੇ ਉਹਨਾਂ ਦੀ ਰੇਸ਼ੋ ਬੰਦ ਦਿੱਤੀ ਔਰ ਕਲੀਨਿਕਸ ਫਿਕਸ ਕਰਤੇ ਕਿ ਹਰ ਹਫ਼ਤੇ ਤੈਨੂੰ ਇੰਨੇ ਗ੍ਰਾਮ ਡਰੱਗ ਉਸ ਜਗ੍ਹਾ ਤੋਂ ਜਾ ਕੇ ਮਿਲ ਜਾਏਗੀ ਉਹਦੇ ਨਾਲ ਕੀ ਹੋਇਆ ਇੱਕ ਤਾਂ ਅੰਦਰ ਉਹ ਕਰਿਓਸਿਟੀ ਸੀ ਨਾ ਕਿ ਮੈਨੂੰ ਡਰੱਗ ਚਾਹੀਦੀ ਹੈ ਔਰ ਜਦੋਂ ਨਾ ਮਿਲਦੀ ਉਹ ਜਿੱਦਣ ਮਿਲਦੀ ਉਦਣ ਉਸ ਤੋਂ ਜ਼ਿਆਦਾ ਉਹ ਲੈ ਜਾਂਦੇ ਹੋਣਗੇ ਨਾ ਦਿਸ ਜੈਂਟਲਮੈਨ ਡਾਕਟਰ ਜੋਲੀ ਉਹਨੇ ਮੈਨੂੰ ਦੱਸਿਆ ਕਿ ਮਨਜੀਤ ਅਗਰ ਡਰੱਗਸ ਨੂੰ ਰੋਕਣਾ ਹੈ ਉਸਨੂੰ ਬੈਨ ਕਰਨਾ ਹੱਲ ਨਹੀਂ ਗਾ ਉਸਨੂੰ ਅਵੇਲੇਬਲ ਕਰਾ ਦਿਓ ਉਹਨਾਂ ਵਾਸਤੇ ਲੇਕਿਨ ਉਹਦੀ ਲਿਮਿਟੇਸ਼ਨ ਹੋਵੇ ਕਿ ਉਹਨੂੰ ਕਿੰਨੀ ਦੇਣੀ ਕਿੰਨੀ ਨਹੀਂ ਦੇਣੀ ਹੌਲੀ 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 ਦੇਰ ਵਿਲ ਬੀ ਫਾਲ ਇਨ ਡਰੱਗ ਐਡਿਕਟਸ ਸਿਮਲ ਇਧਰ ਨੋ ਦਿਸ ਫਾਰਮੂਲਾ ਹਰ ਜਗ੍ਹਾ ਫਿੱਟ ਹੁੰਦਾ ਅੱਜ ਮੈਂ ਕੁੜੀਆਂ ਨੂੰ ਸੰਗਲ ਪਾ ਕੇ ਰੱਖ ਦੇਵਾਂ ਮੈਂ ਉਹਨਾਂ ਨੂੰ ਪੜਦੇ ਤੋਂ ਬਾਹਰ ਝਾਂਕਣ ਨਾ ਦੇਵਾਂ ਅੱਜ ਮੈਂ ਬੰਦਿਸ਼ਾਂ ਲਾ ਦੇਵਾਂ ਮੈਂ ਸਮਝਦਾ ਵਾਂ ਕਿ ਉਹ ਇੰਨੀ ਛੇਤੀ ਉਹ ਬੰਦਿਸ਼ਾਂ ਤੋੜ ਕੇ ਵਿਗੜਨ ਵਾਲੇ ਪਾਸੇ ਜਾਣਗੀਆਂ ਇਹ ਮੇਰੀ ਆਪਣੀ ਸੋਚ ਹੈ ਮੇਰਾ ਪਰਸਨਲ ਸਾਡੇ ਕੋਲ ਦੋ ਹੀ ਚੋਇਸਿਸ ਨੇ ਫਾਈਟ